ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਮੈਂ ਅਰਪ੍ਰੀਤ ਅਤੇ ਤੁਸੀਂ ਦੇਖ ਰਹੇ ਹੋ ਅਪਲਾਈ ਸਟੱਡੀ ਵੀਜ਼ਾ 'ਤੇ ਇੱਕ ਹੋਰ ਫਰੈਸ਼ ਨਿਊ ਵੀਡੀਓ, ਜਿੱਥੇ ਅੱਜ ਆਪਾਂ ਗੱਲ ਕਰਾਂਗੇ ਯੂਕੇ ਸਟੱਡੀ ਵੀਜ਼ਾ ਦੇ ਬਾਰੇ। ਇਸ ਵੀਡੀਓ 'ਚ ਮੈਂ ਤੁਹਾਨੂੰ ਯੂਕੇ ਦੇ ਸਟੱਡੀ ਵੀਜ਼ਾ ਰਿਲੇਟਡ ਕੰਪਲੀਟ ਪ੍ਰੋਸੈਸ ਕੀ ਹੈ, ਜੋ ਕਿ ਬਹੁਤ ਸਾਰੇ ਬੱਚਿਆਂ ਦੀ ਕਾਲ ਸਾਨੂੰ ਆਉਂਦੀਆਂ ਨੇ, ਕੁਸ਼ਚਨ ਆਉਂਦੇ ਨੇ ਯੂਟਿਊਬ ਦੇ ਕਮੈਂਟਸ ਦੇ ਵਿੱਚ, ਕੁਸ਼ਚਨ ਆਉਂਦੇ ਨੇ ਕਿ ਸਰ ਯੂਕੇ ਬਾਰੇ ਕੰਪਲੀਟ ਇੱਕ ਡਿਟੇਲ ਦੇ ਵਿੱਚ ਵੀਡੀਓ ਬਣਾਓ। ਤਾਂ ਅੱਜ ਮੈਂ ਤੁਹਾਡੇ ਲਈ ਇੱਕ ਯੂਕੇ ਸਟੱਡੀ ਵੀਜ਼ਾ ਦੇ ਕੰਪਲੀਟ ਪ੍ਰੋਸੈਸ ਦੇ ਬਾਰੇ ਇੱਕ ਵੀਡੀਓ ਲੈ ਕੇ ਆਇਆ, ਜਿਹਦੇ ਵਿੱਚ ਤੁਹਾਨੂੰ ਅਗਰ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤਾਂ ਯੂਕੇ ਸਟੱਡੀ ਵੀਜ਼ਾ ਦਾ ਏ ਟੂ ਜੈਡ ਪ੍ਰੋਸੈਸ ਕੀ ਹੈ, ਉਹ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਨ ਨੂੰ ਮਿਲੇਗਾ। ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇਸ ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਕੁਝ ਐਸੀਆਂ ਯੂਨੀਵਰਸਿਟੀਜ਼ ਦੇ ਨੇਮ ਵੀ ਦੱਸੂੰਗਾ ਜਿਨ੍ਹਾਂ ਨਾਲ ਸਾਡਾ ਡਾਇਰੈਕਟ ਆਈ ਐਪ ਹੈ, ਅਤੇ ਤੁਸੀਂ ਵਿਦਆਊਟ ਆਇਲਸ ਈਵਨ 2022 ਦੇ ਵਿੱਚ ਵਿਦਆਊਟ ਆਇਲਸ ਯੂਕੇ ਦੇ ਹੀ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਕੋਈ ਵੀ ਇੰਟਰਵਿਊ ਜ਼ਰੂਰਤ ਨਹੀਂ ਹੈ। ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ, ਤਾਂ ਕਿ ਇਸ ਤਰ੍ਹਾਂ ਵੀਡੀਓਜ਼ ਤੁਹਾਨੂੰ ਹੋਰ ਫਿਊਚਰ ਦੇ ਵਿੱਚ ਈਜ਼ੀਲੀ ਮਿਲਦੀਆਂ ਰਹਿਣ। ਤਾਂ ਹੁਣ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤਾਂ ਦੋਸਤੋ, ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕੰਪਲੀਟ ਯੂਕੇ ਸਟੱਡੀ ਵੀਜ਼ਾ ਦੀ ਪ੍ਰੋਸੈਸ ਬਾਰੇ। ਤੁਸੀਂ ਯੂਨੀਵਰਸਿਟੀ ਤੋਂ ਕੈਸ ਕਿਵੇਂ ਲੈਣਾ, ਅਤੇ ਉਸ ਤੋਂ ਕੈਸ ਲੈਣ ਤੋਂ ਬਾਅਦ ਤੁਹਾਡੀ ਕੀ ਪ੍ਰੋਸੈਸ ਹੁੰਦੀ ਹੈ, ਅਤੇ ਅੰਬੈਸੀ ਦੇ ਵਿੱਚ ਫਾਈਲ ਤੁਸੀਂ ਕਦ ਲਗਾ ਸਕਦੇ ਹੋ, ਕੀ ਪ੍ਰੋਸੀਜਰ ਹੈ, ਇਹ ਸਾਰੀਆਂ ਗੱਲਾਂ ਦੇ ਬਾਰੇ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਨਾਲ ਜਾਣਕਾਰੀ ਦੇਵਾਂਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਜਾਂ ਤੁਸੀਂ ਕੈਸ ਲੈਟਰ ਲਈ ਅਪਲਾਈ ਕਰਨਾ, ਤੁਹਾਡੇ ਕੋਲ ਕੀ ਕੀ ਰਿਕੁਆਇਰਡ ਡਾਕੂਮੈਂਟਸ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਦੋਸਤੋ, ਤੁਹਾਡੇ ਕੋਲ ਇੱਕ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਹੈ, ਜਿਹਦੇ ਵਿੱਚ 6 ਮੰਥ ਦੀ ਮਿਨੀਮਮ ਵੈਲਿਡਿਟੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਤੁਹਾਡੇ ਕੋਲ, ਅਗਰ ਤੁਸੀਂ ਬੈਚਲਰਸ ਦੀ ਅਪਲਾਈ ਕਰ ਰਹੇ ਹੋ, ਤੁਹਾਡੇ ਕੋਲ 10th ਦਾ ਸਰਟੀਫਿਕੇਟ ਹੋਣਾ ਚਾਹੀਦਾ, 12th ਦਾ ਸਰਟੀਫਿਕੇਟ ਹੋਣਾ ਚਾਹੀਦਾ। ਅਗਰ ਤੁਸੀਂ ਮਾਸਟਰਸ ਦੀ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਲ ਬੈਚਲਰਸ ਦੀ ਡਿਗਰੀ ਵੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ 2 ਲੈਟਰ ਆਫ ਰੈਕਮੈਂਡੇਸ਼ਨਸ ਵੀ ਹੋਣੇ ਚਾਹੀਦੇ ਨੇ, ਉਹ ਚਾਹੇ ਤੁਹਾਡੀ ਯੂਨੀਵਰਸਿਟੀ ਤੋਂ ਹੋਵੇ, ਚਾਹੇ ਤੁਹਾਡੇ ਸਕੂਲ ਤੋਂ ਹੋਵੇ, ਬਟ 2 ਲੈਟਰ ਆਫ ਰੈਕਮੈਂਡੇਸ਼ਨਸ ਤੁਹਾਡੇ ਲਈ ਚਾਹੀਦੇ ਨੇ ਅਗਰ ਤੁਸੀਂ ਯੂਕੇ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ। ਇਹ ਯੂਕੇ ਦੇ ਵਿੱਚ ਇਹ ਲੈਟਰ ਆਫ ਰੈਕਮੈਂਡੇਸ਼ਨ ਸਕੂਲ ਜਾਂ ਯੂਨੀਵਰਸਿਟੀ ਤੋਂ ਇਸ ਲਈ ਲਏ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਬੱਚੇ ਦੇ ਕਰੈਕਟਰ ਬਾਰੇ ਥੋੜ੍ਹਾ ਬਹੁਤ ਪਤਾ ਲੱਗ ਸਕਦਾ। ਲੈਟਰ ਆਫ ਰੈਕਮੈਂਡੇਸ਼ਨ ਯੂਕੇ ਯੂਨੀਵਰਸਿਟੀ 'ਚ ਅਗਰ ਤੁਸੀਂ ਕਿਸੇ 'ਚ ਵੀ ਅਪਲਾਈ ਕਰਨਾ ਹੈ, 1 ਆਫ ਦੀ ਮੋਸਟ ਇੰਪੋਰਟੈਂਟ ਡਾਕੂਮੈਂਟ ਮੰਨਿਆ ਜਾਂਦਾ ਹੈ। ਐਂਡ ਇਨ ਕੇਸ ਤੁਹਾਡੀ ਸਟੱਡੀ ਤੋਂ ਬਾਅਦ ਕੁਝ ਗੈਪ ਹੈ, ਤਾਂ ਉਸ ਗੈਪ ਦੀ ਜਸਟੀਫਿਕੇਸ਼ਨ ਲਈ ਡਾਕੂਮੈਂਟਸ ਵੀ ਤੁਹਾਨੂੰ ਚਾਹੀਦੇ ਨੇ ਅਗਰ ਤੁਸੀਂ ਯੂਕੇ ਦੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਕੋਈ ਪ੍ਰੋਗਰਾਮ ਕੀਤਾ ਹੈ ਤਾਂ ਪ੍ਰੋਗਰਾਮ ਦੀ ਡਿਟੇਲ ਦੇ ਸਕਦੇ ਹੋ। ਅਗਰ ਤੁਸੀਂ ਕੋਈ ਲਾਈਕ ਜੋਬ ਕੀਤੀ ਹੈ ਤਾਂ ਜੋਬ ਦੀ ਡਿਟੇਲਸ ਤੁਹਾਨੂੰ ਚਾਹੀਦੀਆਂ ਨੇ। ਐਕਸਪੀਰੀਅੰਸ ਲੈਟਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਜੁਆਇਨਿੰਗ ਲੈਟਰ ਹੋਣਾ ਚਾਹੀਦਾ ਹੈ, ਅਤੇ ਲਾਸਟ 3 ਮੰਥਸ ਦੀਆਂ ਸੈਲਰੀ ਸਲਿਪਸ ਵੀ ਹੋਣੀ ਚਾਹੀਦੀਆਂ ਨੇ। ਸੈਲਰੀ ਸਲਿਪਸ ਹਰੇਕ ਯੂਨੀਵਰਸਿਟੀ ਲਈ ਕੰਪਲਸਰੀ ਨਹੀਂ ਹੈ, ਕਿ ਕੁਝ ਯੂਨੀਵਰਸਿਟੀਜ਼ ਨੇ ਜੋ ਸੈਲਰੀ ਸਲਿਪਸ ਵੀ ਮੰਗਦੀਆਂ ਨੇ, ਲੇਕਿਨ ਜ਼ਿਆਦਾਤਰ ਯੂਨੀਵਰਸਿਟੀਜ਼ ਅਗਰ ਤੁਹਾਡੇ ਕੋਲ ਲੈਟਰ ਆਫ ਜੁਆਇਨਿੰਗ ਹੈ ਅਤੇ ਲੈਟਰ ਆਫ ਐਕਸਪੀਰੀਅੰਸ ਹੈ, ਇਹਦੇ ਨਾਲ ਸਰ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਤੁਹਾਡੀ ਸਟੱਡੀ ਦੇ ਵਿੱਚ ਕੋਈ ਬੈਕਲੋਗਸ ਨੇ, ਅਗਰ ਤੁਸੀਂ ਕੋਈ ਰੀਪੇਅਰ ਤੁਹਾਡੀ ਆਈ ਹੋਈ ਹੈ, ਤਾਂ ਬੈਕਲੋਗ ਕਲੀਅਰੈਂਸ ਸਰਟੀਫਿਕੇਟ ਵੀ ਯੂਕੇ ਦੀ ਯੂਨੀਵਰਸਿਟੀਜ਼ ਮੰਗਦੀਆਂ ਨੇ ਜਦ ਤੁਸੀਂ ਕੈਸ ਲੈਟਰ ਲਈ ਅਪਲਾਈ ਕਰਦੇ ਹੋ। ਇਸ ਤੋਂ ਇਲਾਵਾ ਲਾਸਟ ਜੋ ਡਾਕੂਮੈਂਟ ਯੂਨੀਵਰਸਿਟੀਜ਼ ਮੰਗਦੀਆਂ ਹਨ ਤੁਹਾਡੇ ਤੋਂ, ਉਹ ਹੁੰਦਾ ਲੈਟਰ ਆਫ ਐਕਸਪਲੇਨੇਸ਼ਨ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸਾਡੀ ਯੂਨੀਵਰਸਿਟੀ ਦੇ ਵਿੱਚ ਕਿਉਂ ਕਰਨਾ ਚਾਹੁੰਦੇ ਹੋ, ਤੁਸੀਂ ਕਿਸੇ ਹੋਰ ਥਾਂ 'ਤੇ ਕਿਉਂ ਨਹੀਂ ਕਰ ਰਹੇ, ਤੁਹਾਨੂੰ ਇਸ ਪ੍ਰੋਗਰਾਮ ਦਾ ਪਤਾ ਵੀ ਹੈ ਕਿ ਤੁਸੀਂ ਇਹ ਜੋ ਪ੍ਰੋਗਰਾਮ ਤੁਸੀਂ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਬੈਨੀਫਿਟ ਕੀ ਹੋਏਗਾ, ਇਸ ਪ੍ਰੋਗਰਾਮ ਨੂੰ ਕਰਨ ਤੋਂ ਬਾਅਦ ਤੁਹਾਡੇ ਕੋਲ ਫਿਊਚਰ ਆਪਸ਼ਨਸ ਕੀ ਹੋਣਗੇ। ਤਾਂ ਯੂਨੀਵਰਸਿਟੀਜ਼ ਦੇਖਦੀਆਂ ਨੇ ਕਿ ਬੱਚੇ ਨੂੰ ਨੌਲੇਜ ਹੈ, ਜੋ ਪ੍ਰੋਗਰਾਮ ਉਹ ਸਾਡੇ ਯੂਨੀਵਰਸਿਟੀ ਦੇ ਵਿੱਚ ਕਰਨ ਆ ਰਹੇ ਨੇ, ਉਹਨਾਂ ਨੂੰ ਨੌਲੇਜ ਹੈ ਕਿ ਇਸ ਤੋਂ ਬਾਅਦ ਤੁਹਾਨੂੰ ਬੈਨੀਫਿਟ ਕੀ ਹੋਏਗਾ। ਤਾਂ ਇੱਕ ਲੈਟਰ ਆਫ ਐਕਸਪਲੇਨੇਸ਼ਨ ਤੁਹਾਨੂੰ ਯੂਨੀਵਰਸਿਟੀ ਨੂੰ ਪ੍ਰੋਵਾਈਡ ਕਰਨਾ ਪਏਗਾ ਜਦ ਤੁਸੀਂ ਕੈਸ ਲੈਟਰ ਲਈ ਅਪਲਾਈ ਕਰੋਗੇ। ਇਸ ਤੋਂ ਇਲਾਵਾ ਤੁਹਾਨੂੰ ਇੱਕ ਇੰਗਲਿਸ਼ ਪ੍ਰੋਫੀਸੈਂਸੀ ਟੈਸਟ ਦੀ ਵੀ ਰਿਕੁਆਇਰਮੈਂਟ ਹੋਏਗੀ, ਜਿੱਦਾਂ ਕਿ ਆਇਲਸ, ਆਇਲਸ ਫੋਰ ਯੂਕੇ ਵੀ ਹੈ, ਜਾਂ ਫਿਰ ਪੀਟੀ ਦੇ ਬੇਸ 'ਤੇ ਤੁਸੀਂ ਯੂਕੇ ਦੀ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਹੋ। ਲੇਕਿਨ ਅਗਰ ਤੁਸੀਂ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਕੁਝ ਯੂਨੀਵਰਸਿਟੀਜ਼ ਨੇ ਜਿਹੜੀਆਂ 2022 ਦੇ ਵਿੱਚ ਵੀ, ਅਗਰ ਤੁਸੀਂ ਪੰਜਾਬ ਤੋਂ ਹੋ, ਇੰਡੀਆ ਤੋਂ, ਕਿਸੇ ਵੀ ਸਟੇਟ ਤੋਂ, ਤਾਂ ਤੁਹਾਨੂੰ ਐਡਮਿਸ਼ਨਸ ਵਿਦਆਊਟ ਐਨੀ ਆਇਲਸ ਟੈਸਟ ਪ੍ਰੋਵਾਈਡ ਕਰ ਦੇਣਗੇ। ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤਾਂ ਇਹ ਸੀਗੇ ਦੋਸਤੋ ਰਿਕੁਆਇਰਡ ਡਾਕੂਮੈਂਟਸ ਅਗਰ ਤੁਸੀਂ ਕੈਸ ਲਈ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ। ਅਤੇ ਜੇਕਰ ਇਹ ਪ੍ਰੋਸੈਸ ਤੁਸੀਂ ਆਪ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਾਡੀ ਟੀਮ ਦੀ ਹੈਲਪ ਲੈ ਸਕਦੇ ਹੋ। ਸਾਡੀ ਟੀਮ ਤੁਹਾਨੂੰ ਕੰਪਲੀਟਲੀ ਫ੍ਰੀ ਆਫ ਕੋਸਟ ਇਹ ਚੀਜ਼ ਦੇ ਵਿੱਚ ਗਾਈਡ ਕਰੇਗੀ, ਕੋਈ ਵੀ ਸਰਵਿਸ ਚਾਰਜਿਸ ਅਸੀਂ ਤੁਹਾਡੇ ਤੋਂ ਨਹੀਂ ਲੈਂਦੇ। ਤਾਂ ਅਗਰ ਤੁਸੀਂ ਕੈਸ ਲੈਟਰ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੀ ਡਿਜ਼ਾਇਰਡ ਯੂਨੀਵਰਸਿਟੀ ਦੇ ਵਿੱਚ, ਤਾਂ ਸਾਡੀ ਟੀਮ ਨੂੰ ਕੰਟੈਕਟ ਕਰੋ, ਨੀਚੇ ਦਿੱਤੇ ਨੰਬਰ 'ਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਅਗਰ ਤੁਸੀਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋ ਤਾਂ ਯੂਨੀਵਰਸਿਟੀ ਤੁਹਾਨੂੰ ਰਿਕੁਐਸਟ ਕਰੇਗੀ ਮਿਨੀਮਮ ਡਿਪੋਜ਼ਿਟ ਦੀ, ਜੋ ਕਿ ਅਲੱਗ ਅਲੱਗ ਯੂਨੀਵਰਸਿਟੀ ਦੀ ਅਲੱਗ ਅਲੱਗ ਹੈ। ਤਾਂ ਤੁਸੀਂ ਫਾਈਨਲ
लाइक डिपॉजिट करवाने पैणगे, किस च 4000 GBP है, किस च 6000 GBP है। डिपेंड करता है तुसी किस यूनिवर्सिटी नू चूज करदे हो, उस यूनिवर्सिटी दे बेस ते तुहाडी जो इनिशियल मिनिमम डिपॉजिट है वह तुहानू करवाना पएगा। तो वह इनिशियल मिनिमम डिपॉजिट थोड़ा 3000 pounds हो सकता है, 4000 pounds हो सकता है, 6000 pounds हो सकता है, कुछ भी हो सकता है। और डिपेंड करता है तुसी केड़ी यूनिवर्सिटी ते केड़ा प्रोग्राम चूज करदे हो। तो इस इनिशियल अमाउंट नू डिपॉजिट करवाउण तो बाद यूनिवर्सिटी तुहानू जो फाइनल तुहाडा कन्फर्मेशन ऑफ एक्सेप्टेंस फॉर स्टडीज़ है वो जिनके आप कैश कहने हैं वो इशू कर देगा। तो इस तो बाद तुसी अपनी जो प्रोसैस है अंबैसी दे विच शुरू कर सकते हो। तो ये तो दोस्तों गल होगी कि कैश लैटर की कहानी की सी, कि कैश लैटर तुसी यूनिवर्सिटी तो किदा लेना है। हुण आपां गल करदे हां जब तुहाडे कोल कैश लैटर, फाइनल कैश लैटर यूनिवर्सिटी तो आ गया, उस तो बाद अंबैसी दे विच तुसी अपनी फाइल किस तरह लगानी है। तो उस तो जब तुहाडे कोल कैश लैटर आ जाता, उस तो बाद तुसी अंबैसी दे विच अपनी फाइल जब लगानी है, तुहाडे कोल कि डॉक्यूमेंट्स होने चाहिए ने, उहदी कंप्लीट लिस्ट पहला मैं तुहानू एक बार रीड करके दस दिना। ये जो प्रोसैस है वो कंप्लीट ऑनलाइन है, कोई भी ऑफलाइन प्रोसैस नहीं हैगी यूके दे। अगर तुसी अंबैसी दे विच स्टडी वीज़ा फाइल करना चाहते हो, सिर्फ ऑनलाइन प्रोसैस ही अवेलेबल है। तो सब तो पहले जो रिक्वायर्ड डॉक्यूमेंट्स ने वो कुछ इस तरह ने। सब तो पहले तुहाडे कोल एक वैलिड पासपोर्ट होना चाहिए, उस तो बाद तुहाडे कोल एक डिजिटल फोटो होनी चाहिए जिसका साइज 45mm टू 35mm की रेंज दे विच होना चाहिए। तो इस तों इलावा तुहाडे कोल एक ट्यूबरकलोसिस टैस्ट जिहनूं टीबी टैस्ट भी कहने, वो मैडिकल जिहनूं तुसी कह सकते हो, उहदी रिपोर्ट होनी चाहिए है। इस तों इलावा जो वीज़ा की एप्लीकेशन फीस है वो हैगी है तुहाडी लगभग 350 pounds, जिहड़ी कि इंडियन अगर तुसीं रुपीज़ कन्वर्ट करो 33,000 to 35,000 इंडियन रुपीज़ दे विच हो जाती है। इस तों बाद इस दे नाल नाल तुहाडे कोल एक हैल्थ इंश्योरेंस सरचार्ज, इमीग्रेशन हैल्थ सरचार्ज हुंदा है, जिहड़ा कि तुहाडे प्रोग्राम की लेंथ ते डिपेंड करदा किन्ना होएगा। नॉर्मली अगर 1 साल का प्रोग्राम हो गया 50,000 के आसपास हुंदा, अगर 2 साल का प्रोग्राम है 70,000 to 80,000, किसी कोर्स के 1,00,000+ भी हो जाता है। डिपेंड करता है तुसी केड़ी लोकेशन ते यूके दे विच अप्लाई कर रहे हो, केड़ी यूनिवर्सिटी ले रहे हो, किन्ने टाइम का तुहाडी ड्यूरेशन है प्रोग्राम की, उस दे बेस ते ही तुहाडा जो इमीग्रेशन हैल्थ सरचार्ज है IHS कहने वो थोड़ा कैलकुलेट होएगा। वो ऑटोमैटिक कैलकुलेट होएगा जब तुसी अपनी फाइल लगाओगे, तो कोई भी तुसी एक तरह इस तरह नहीं कह सकते किन्नी होएगी, वो तुहाडी कैलकुलेशन ऑन द स्पॉट जब तुहाडी फाइल लग रही होएगी उस टाइम कैलकुलेट होके आएगी ऑटोमैटिकली तुहाडे कैश दे बेस से। इस तों इलावा तुहाडे को कैश लैटर जो यूनिवर्सिटी तो आंदा वो होना चाहिए, तुहाडे को वर्क एक्सपीरियंस जिहड़े भी तुहाडे अगर हैगा कोई वर्क एक्सपीरियंस तो वो डॉक्यूमेंट्स होने चाहिए, तुहाडे को ऑल तुहाडे अकैडमिक डॉक्यूमेंट्स रेडी होने चाहिए ने। अगर तुहाने IELTS दे बेस से अप्लाई किया तो IELTS की डिटेल्स चाहिए ने। इस तों इलावा जो मोस्ट इंपॉर्टेंट चीज़ है वो तुहाडे फंड्स ने, तुहाडे फंड्स 28 days ओल्ड होने चाहिए ने। फंड्स अगर तुसी इनसाइड लंडन अप्लाई कर रहे हो तो तुहाडे लिविंग एक्सपेंस लगभग 12,000 pounds ने, अगर तुसी आउटसाइड लंडन अप्लाई कर रहे हो तो लगभग तुहाडे 92 to 95 pounds तक तुहाडा जो लिविंग एक्सपेंस का चार्ज है 1 year का। तो इस तों इलावा तुहाडे जो कैश लैटर लई इनिशियल फीस पे करती है, उस तों इलावा जो 1 year की फीस का बैलेंस अमाउंट आ वह भी तुहाडे अकाउंट दे विच होना चाहिए है। तो ये जो फंड्स ने 28 days ओल्ड मिनिमम होने चाहिए ने। कितों आए ने, कितों नहीं आए, अंबैसी ने कुछ नहीं लेना, जस्ट तुहाडे नाम ते तुहाडे बैंक दे विच ए अमाउंट होनी चाहिए, तुहाडे नाम ते जां फिर तुहाडे पेरेंट्स दे नाम ते। तो इस तों इलावा एक होर छोटा जिहा डॉक्यूमेंट, अगर तुहाडी एज 18 साल तो घट है तो कंसेंट फॉर्म तुहाडे पेरेंट्स तो तुहानू लेना पएगा, ये भी एक रिक्वायरमेंट है। तो जब तुहाडे कोल ये सारे डॉक्यूमेंट्स रेडी होणगे, तुसी अंबैसी दे विच अपनी फीस पे करके अपनी एप्लीकेशन सबमिट कर सकते हो। तो तुहाडी एप्लीकेशन सबमिट होने तो बाद डिपेंड करदा तुसी किहड़ा पैकेज लै रहे हो। नॉर्मल अगर तुसी पैकेज लै रहे हो 350 pounds वाला, तो तुहाडा जो रिजल्ट है अंबैसी का 15 to 20 days दे विच आ जांदा। अगर तुसी प्रीमियम पैकेज लै रहे हो 5 days वाला या 1 day वाला, तो वो चार्ज लगने 5 days वाला तो लगभग तुहानू 70,000 Indian rupees का चार्ज पएगा। अगर तुसी 1 day च रिजल्ट लैना चाहते हो 1,00,000+ उसकी अमाउंट चली जाती है, तो वह पैकेज लैके तुसी अपना रिजल्ट फास्ट अंबैसी तो लै सकते हो। ये सारी प्रोसैस ऑनलाइन फिनिश करन तो बाद तुहानू बायोमैट्रिक देन जाना पएगा VFS सेंटर दे विच, तुहाडे जिथे ओरिजिनल डॉक्यूमेंट्स चैक होणगे ते तुहाडा जो बायोमैट्रिक है उत्थे होएगी। उस तो बाद तुहाडा जो रिजल्ट है दोस्तों वो तुहानू अंबैसी तो मिल जाएगा। अगर मैं दोस्तों गल करा यूके स्टडी वीज़ा नू टोटल प्रोसैसिंग टाइम किन्ना क लग जाता है, टोटल 2 months का प्रोसैस है। 1 month तुहाडा कैश लैटर आने लग जाता, उही 1 month तुहाडे कोल 28 days ओल्ड फंड्स तुहानू शो करन नू लग जाते हैं। उस तो बाद तुहाडा लगभग जो अंबैसी का टाइम पीरियड है, अगर तुसी नॉर्मल प्रोसैसिंग फीस पे करदे हो
ਤਾਂ ਤੁਹਾਡਾ ਲਾਈਕ 15 to 20 ਡੇਜ਼ ਦਾ ਟਾਈਮ ਪੀਰੀਅਡ ਲੱਗ ਜਾਂਦਾ, ਉਸ ਤੋਂ ਬਾਅਦ ਵੀਜ਼ਾ ਸਟੈਂਪ ਹੋ ਕੇ ਆਉਣਾ। ਇਹ ਸਭ ਪ੍ਰੋਸੈਸ ਨੂੰ ਲਗਭਗ 2 months ਦਾ ਟੋਟਲ ਟਾਈਮ ਪੀਰੀਅਡ ਲੱਗ ਜਾਂਦਾ, ਅਤੇ 2 months ਦੇ ਵਿੱਚ ਤੁਸੀਂ ਆਪਣਾ UK ਦਾ ਸਟੱਡੀ ਵੀਜ਼ਾ ਲੈ ਸਕਦੇ ਹੋ। ਤਾਂ ਇਹ ਸਾਰੀ ਪ੍ਰੋਸੈਸ ਸੀਗੀ ਅਗਰ ਤੁਸੀਂ UK ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੰਪਲੀਟ ਜਾਣਕਾਰੀ ਮਿਲ ਗਈ ਹੋਵੇਗੀ ਕਿ UK ਸਟੱਡੀ ਵੀਜ਼ਾ ਦਾ ਲਾਈਕ ਟੋਟਲ ਪ੍ਰੋਸੈਸ ਕੀ ਹੈ। ਤਾਂ ਦੋਸਤੋ, ਜਿੱਦਾਂ ਕਿ ਮੈਂ ਤੁਹਾਨੂੰ ਇਸ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਪ੍ਰੋਮਿਸ ਕੀਤਾ ਸੀ, ਅਗਰ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਤਾਂ ਅਗਰ ਤੁਸੀਂ ਪੰਜਾਬ ਤੋਂ ਹੋ ਜਾਂ ਫਿਰ ਇੰਡੀਆ ਦੇ ਕਿਸੇ ਵੀ ਸਟੇਟ ਤੋਂ ਹੋ, ਤਾਂ ਤੁਹਾਨੂੰ ਮੈਂ 2 ਐਸੀਆਂ ਯੂਨੀਵਰਸਿਟੀਜ਼ ਦੇ ਨੇਮ ਦੱਸੂੰਗਾ ਜਿਨ੍ਹਾਂ ਨਾਲ ਸਾਡਾ ਡਾਇਰੈਕਟ ਟਾਈ ਅਪ ਹੈ, ਅਤੇ ਤੁਹਾਨੂੰ ਵਿਦਆਊਟ ਆਇਲਸ ਅਸੀਂ ਉਸ ਯੂਨੀਵਰਸਿਟੀ ਤੋਂ ਵਿਦਆਊਟ ਇੰਟਰਵਿਊ ਉਸ ਯੂਨੀਵਰਸਿਟੀ ਤੋਂ ਤੁਹਾਨੂੰ ਕੈਸ਼ ਲੈਟਰ ਇਸ਼ੂ ਕਰਵਾ ਕੇ ਦੇਵਾਂਗੇ। ਤਾਂ ਜੋ ਫਸਟ ਯੂਨੀਵਰਸਿਟੀ ਹੈ ਦੋਸਤੋ, ਉਹ ਹੈਗੀ ਹੈ ਬਰਾਊਨ ਮਾਊਥ ਯੂਨੀਵਰਸਿਟੀ। ਅਗਰ ਤੁਸੀਂ ਇਸ ਦੇ ਵਿੱਚ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਹੋ, ਜੋ ਮਿਨੀਮਮ ਰਿਕੁਆਇਰਮੈਂਟ ਹੈ ਉਹ 70% ਮਾਰਕਸ ਤੁਹਾਡੇ ਹੋਣੇ ਚਾਹੀਦੇ ਨੇ ਇੰਗਲਿਸ਼ ਸਬਜੈਕਟ ਦੇ ਵਿੱਚ ਪਲੱਸ ਟੂ ਦੇ ਵਿੱਚ, ਅਤੇ ਓਵਰਆਲ ਵੀ ਤੁਹਾਡੇ 70% ਹੋਣੇ ਚਾਹੀਦੇ ਨੇ। ਆਇਲਸ ਵੇਵਰ ਤੁਹਾਨੂੰ ਸਿਰਫ ਮਿਲੇਗਾ ਅਗਰ ਤੁਸੀਂ 2020 ਪਾਸ ਆਊਟ ਹੋ, ਅਤੇ ਕੈਸ਼ ਲੈਟਰ ਆਉਣ ਨੂੰ ਜੋ ਇਸਦਾ ਟਾਈਮ ਲੱਗੇਗਾ ਉਹ 2 to 3 ਵੀਕਸ ਦਾ ਲੱਗੇਗਾ, ਅਤੇ ਕੈਸ਼ ਲੈਟਰ ਦੀ ਜੋ ਇਨੀਸ਼ੀਅਲ ਡਿਪੋਜ਼ਿਟ ਹੈ ਉਹ ਸਿਰਫ ਤੁਹਾਨੂੰ £3,000 ਕਰਾਉਣੀ ਪਏਗੀ। ਇਸ ਤੋਂ ਘੱਟ ਮੈਨੂੰ ਨਹੀਂ ਲੱਗਦਾ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਆਪਸ਼ਨ ਮਿਲੇਗਾ। ਇਸ ਤੋਂ ਬਾਅਦ ਜੋ ਸੈਕਿੰਡ ਯੂਨੀਵਰਸਿਟੀ ਹੈ ਉਹ ਹੈਗਾ ਗਲਾਸਗੋ ਕੈਲੇਡੋਨੀਆ ਯੂਨੀਵਰਸਿਟੀ। ਇਸ ਦੇ ਵਿੱਚ ਥੋੜ੍ਹੀ ਰਿਕੁਆਇਰਮੈਂਟ ਜ਼ਿਆਦਾ, ਤੁਹਾਡੇ ਪਲੱਸ ਟੂ ਦੇ ਵਿੱਚ ਇੰਗਲਿਸ਼ ਦੇ ਵਿੱਚ 75% ਤੋਂ ਜ਼ਿਆਦਾ ਮਾਰਕਸ ਹੋਣੇ ਚਾਹੀਦੇ ਨੇ। ਆਇਲਸ ਵੇਵਰ ਤੁਹਾਨੂੰ ਮਿਲੇਗਾ ਅਗਰ ਤੁਸੀਂ 2020 ਪਾਸ ਆਊਟ ਹੋ ਜਾਂ ਉਸ ਤੋਂ ਬਾਅਦ ਦੇ ਪਾਸ ਆਊਟ ਹੋ, ਅਤੇ ਇਸਦੀ ਇਨੀਸ਼ੀਅਲ ਕੈਸ਼ ਜੋ ਲੈਟਰ ਲਈ ਡਿਪੋਜ਼ਿਟ ਹੈ ਉਹ £4,000 ਹੋਏਗੀ। ਤਾਂ ਇਹਨਾਂ ਦੋਨਾਂ ਯੂਨੀਵਰਸਿਟੀਜ਼ ਦੇ ਵਿੱਚ ਅਗਰ ਤੁਸੀਂ ਆਫਟਰ ਪਲੱਸ ਟੂ ਅਪਲਾਈ ਕਰ ਰਹੇ ਹੋ ਕਿਸੇ ਵੀ ਬੈਚਲਰ ਡਿਗਰੀ ਲਈ, ਤਾਂ ਵਿਦਆਊਟ ਆਇਲਸ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਕੈਸ਼ ਲੈਟਰ ਆਪਣਾ ਲੈ ਸਕਦੇ ਹੋ। ਤਾਂ ਕੋਈ ਵੀ ਰਿਕੁਆਇਰਮੈਂਟ ਨਹੀਂ ਹੈਗੀ ਅਗਰ ਤੁਸੀਂ ਆਇਲਸ ਤੋਂ ਬਿਨਾਂ ਅਪਲਾਈ ਕਰਨਾ ਚਾਹੁੰਦੇ ਹੋ UK ਦੇ ਲਈ, ਤਾਂ ਇਹ ਦੋ ਯੂਨੀਵਰਸਿਟੀਆਂ ਸਾਡਾ ਡਾਇਰੈਕਟ ਆਈ ਐਪ ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਜ਼ਿਆਦਾ ਪ੍ਰੋਸੈਸਿੰਗ ਟਾਈਮ ਨਹੀਂ ਹੈਗਾ, 2 to 3 ਵੀਕਸ ਦੇ ਵਿੱਚ ਤੁਹਾਨੂੰ ਕੈਸ਼ ਲੈਟਰ ਇਸ਼ੂ ਹੋ ਜਾਏਗਾ। ਤਾਂ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰ 'ਤੇ ਸਾਨੂੰ ਕੰਟੈਕਟ ਕਰ ਸਕਦੇ ਹੋ, ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ, ਤੁਹਾਡੀ ਪੂਰੀ ਹੈਲਪ ਕੀਤੀ ਜਾਏਗੀ। ਤਾਂ ਉਸ ਤੋਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਫਰੈਂਡਸ ਐਂਡ ਫੈਮਿਲੀ ਮੈਂਬਰਸ ਨਾਲ, ਜੋ ਵੀ UK ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਰੀਆਂ ਸਰਵਿਸਿਜ਼ ਫ੍ਰੀ ਆਫ ਕੋਸਟ ਨੇ, ਕੋਈ ਵੀ ਚਾਰਜ ਤੁਹਾਡੇ ਤੋਂ ਨਹੀਂ ਲਿਆ ਜਾਏਗਾ। ਤਾਂ ਹੁਣ ਮੈਨੂੰ ਦਿਓ ਇਜਾਜ਼ਤ ਜੀ, ਸਤਿ ਸ਼੍ਰੀ ਅਕਾਲ।